ਤੁਹਾਡਾ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਆਪਣੀ ਸੈਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ ਬੇਟਾ ਬੜੀ ਮਹੱਤਵਪੂਰਨ ਆਪਣੇ ਲਈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੁਹਾਡੇ ਪ੍ਰੀ ਬੋਰਡ ਜਾਂ ਬੋਰਡ ਪੇਪਰ ਦੀ ਜਿਹੜੀ ਬੇਟਾ ਡੇਟ ਸ਼ੀਟ ਉਹ ਆ ਗਈ ਹੈ 8ਵੀਂ 10ਵੀਂ 12ਵੀਂ ਲਈ ਤਾਂ ਤੁਹਾਡੇ ਪ੍ਰੀ ਬੋਰਡ ਵੀ ਹੁਣ ਡੇਟ ਸ਼ੀਟ ਆ ਚੁੱਕੀ ਹੈ ਉਹਨਾਂ ਦੇ ਵੀ ਪੇਪਰ ਬਹੁਤ ਜਲਦ ਤੁਹਾਡੇ ਹੋ ਰਹੇ ਨੇ ਵੀ ਜਿਹੜੀਆਂ ਬਾਕੀ ਕਲਾਸਾਂ ਨੇ 6ਵੀਂ 7ਵੀਂ 9ਵੀਂ 11ਵੀਂ ਉਹਨਾਂ ਦੇ ਟਰਮ 2 ਪ੍ਰੀਖਿਆ ਹੋਏਗੀ ਮਤਲਬ ਪਰੀ ਬੋਰਡ ਕਹਿ ਸਕਦੇ ਆ ਉਹਨਾਂ ਨੂੰ ਉਸ ਤੋਂ ਬਾਅਦ ਉਹ ਤਾਂ ਫਾਈਨਲ ਪ੍ਰੀਖਿਆ ਹੋਣੀ ਹੈ ਵੀ ਜਿਹੜੀ ਇਹ ਟਰਮ 2 ਪ੍ਰੀਖਿਆ ਹੈ ਇਸ ਦੇ ਵਿੱਚ ਤੁਹਾਡੀ ਸੀਸੀ ਜਾਂ ਤੁਹਾਡਾ ਫਾਈਨਲ ਰਿਜ਼ਲਟ ਵੀ ਤਿਆਰ ਹੋ ਸਕਦਾ ਹੈ ਬੇਟਾ 8ਵੀਂ 10ਵੀਂ 12ਵੀਂ ਦੀ ਇਹ ਪ੍ਰੀ ਬੋਰਡ ਪ੍ਰੀਖਿਆ ਹੈ ਤਾਂ ਸਾਰੀਆਂ ਕਲਾਸਾਂ ਲਈ ਆਪਾਂ ਡੇਟ ਸ਼ੀਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਨੋਟ ਕਰ ਲੈਣੀ ਹੈ ਬਟਾ ਠੀਕ ਹੈ ਚਲੋ ਇਹ ਹੈ ਪਹਿਲਾ 8ਵੀਂ 10ਵੀਂ ਦੀ ਪ੍ਰੀ ਬੋਰਡ ਡੇਟ ਸ਼ੀਟ 15 ਜਨਵਰੀ ਤੋਂ 8ਵੀਂ ਦਾ ਪਹਿਲਾ ਪੇਪਰ ਮੈਥ ਵਿਸ਼ੇ ਦਾ ਹੋਏਗਾ ਤੇ 10ਵੀਂ ਦਾ ਸਾਇੰਸ ਦਾ ਹੋਏਗਾ 16 ਤਰੀਕ ਨੂੰ 8ਵੀਂ ਦਾ ਹਿੰਦੀ 10ਵੀਂ ਦਾ ਪੰਜਾਬੀ A 18 ਤਰੀਕ ਨੂੰ 10 8ਵੀਂ ਸਾਇੰਸ ਪੰਜਾਬ 10ਵੀਂ ਦੀ ਸਮਾਜਿਕ ਸਿੱਖਿਆ 19 ਤਰੀਕ ਨੂੰ 8ਵੀਂ ਦੀ ਸਮਾਜਿਕ ਸਿੱਖਿਆ 10ਵੀਂ ਦੀ ਪੰਜਾਬੀ 20 ਤਰੀਕ ਨੂੰ 8ਵੀਂ ਦੀ ਪੰਜਾਬੀ ਤੇ 10ਵੀਂ ਦੀ ਇੰਗਲਿਸ਼ 22 ਤਰੀਕ ਨੂੰ 8ਵੀਂ ਦੀ ਅੰਗਰੇਜ਼ੀ ਤੇ 10ਵੀਂ ਦਾ ਮੈਥ 23 ਤਰੀਕ ਨੂੰ 8ਵੀਂ ਦੀ ਸਿਰਕ ਸਿੱਖਿਆ ਤੇ 10ਵੀਂ ਦੀ ਹਿੰਦੀ 24 ਤਰੀਕ ਨੂੰ 8ਵੀਂ ਦਾ ਕੰਪਿਊਟਰ ਸਾਇੰਸ ਤੇ 10ਵੀਂ ਨਸੀਰਤ ਸਿੱਖਿਆ ਐਨਐਸਕੇਯੂਐਫ ਆਈਟੀ ਜਿਹੜਾ ਵੀ ਤੁਹਾਡੇ ਕੋਲ ਵਿਸ਼ਾ ਹੈ ਬੇਟਾ ਚੌਥਾ ਵਿਸ਼ਾ ਹੋਊਗਾ 25 ਤਰੀਕ ਨੂੰ ਚੌਥਾ ਵਿਸ਼ਾ ਖੇਤੀਬਾੜੀ ਡਰਾਇੰਗ ਜਿਹੜਾ ਵੀ ਤੁਹਾਡੇ ਕੋਲ ਬੇਟਾ ਵਿਸ਼ਾ ਹੈ 25 ਨੂੰ ਕੰਪਿਊਟਰ ਸਾਇੰਸ 10ਵੀਂ ਦਾ ਹੋਏਗਾ ਠੀਕ ਹੈ ਇਹ ਤਾਂ ਹੈਗੀ ਆ 8ਵੀਂ 10ਵੀਂ ਦੇ ਪੇਪਰ ਨੇਗੇ ਤੇ ਉਸ ਤੋਂ ਬਾਅਦ ਹੈ 12ਵੀਂ ਜਮਾਤ ਦੀ 12ਵੀਂ ਜਮਾਤ ਦੀ ਜਿਹੜੀ ਡੇਟ ਸ਼ੀਟ ਹੈ ਉਹ ਅਲੱਗ-ਅਲੱਗ ਸਟਰੀਮਸ ਲਈ ਆ ਵੀ ਇਮਿਊਨਿਟੀ ਜਾਨੀ ਕਿ 8 ਸਾਲੇ ਬੱਚੇ ਸਾਇੰਸ ਸਟਰੀਮ ਵਾਲੇ ਬੱਚੇ ਕਮਰਸ ਤੇ ਵੋਕੇਸ਼ਨਲ ਵਾਲੇ ਬੱਚੇ ਠੀਕ ਹੈ ਤਾਂ ਉਸ ਤੋਂ ਬਾਅਦ ਨਾ ਬੇਟਾ ਤੁਸੀਂ ਇਹ ਨੋਟ ਕਰ ਸਕਦੇ ਹੋ 15 ਜਨਵਰੀ ਨੂੰ ਜਿਹੜੇ 8 ਸਾਲੇ ਬੱਚੇ ਉਹਨਾਂ ਦਾ ਹਿਸਟਰੀ ਜਾਂ ਚੋਣਵਾ ਵਿਸ਼ਾ ਜਿਹੜਾ ਕੋਈ ਵੀ ਹੈ ਉਹਦੇ ਪੈਰਲਲ ਉਹਦਾ ਹੋਊਗਾ ਤੇ ਸਾਇੰਸ ਨਾਲ ਦਾ ਫਿਜ਼ਿਕਸ ਦਾ ਕਮਰਸ ਦਾ ਅਕਾਊਂਟੈਂਸੀ ਤੇ ਵੋਕੇਸ਼ਨਲ ਦਾ ਜਨਰਲ ਫਾਊਂਡੇਸ਼ਨ 16 ਤਰੀਕ ਨੂੰ ਸਾਰੇ ਬੱਚਿਆਂ ਦਾ ਜਨਰਲ ਅੰਗਰੇਜ਼ੀ ਦਾ ਪੇਪਰ ਹੋਏਗਾ 18 ਨੂੰ 8ਵੀਂ ਦੇ ਬੱਚਿਆਂ ਦਾ ਇਕਨੋਮਿਕਸ ਜਾਂ ਇਹਦੇ ਪੈਰਨਲ ਚੋਣਵਾ ਵਿਸ਼ਾ ਜੋੜਾ ਵੀ ਹੈ ਇਕਨੋਮਿਕਸ ਮਤਲਬ ਅਰਥਸ਼ਾਸਤਰ ਸਾਇੰਸ ਵਾਲਿਆਂ ਦਾ కెਮਿਸਟਰੀ ਕਮਰਸ ਵਾਲਿਆਂ ਦਾ ਇਕਨੋਮਿਕਸ ਹੋਏਗਾ ਤੇ ਜਿਹੜੇ ਜਨਰਲ ਫਾਊਂਡੇਸ਼ਨ ਹੈ ਉਹਨਾਂ ਦਾ ਪੇਪਰ 1 ਉਸ ਤੋਂ ਬਾਅਦ 19 ਤਰੀਕ ਨੂੰ ਜਨਰਲ ਪੰਜਾਬੀ ਸਾਰਿਆਂ ਦਾ ਹੀ ਹੈ ਪੰਜਾਬੀ ਲਾਜ਼ਮੀ 20 ਤਰੀਕ ਨੂੰ ਰਾਜਨੀਤੀ ਸ਼ਾਸਤਰ ਜਾਨੀ ਕਿ ਪੋਲੀਟੀਕਲ ਸਾਇੰਸ ਬਾਇਓਲੋਜੀ ਬਿਜ਼ਨਸ ਸਟਡੀ ਤੇ ਪੇਪਰ 2 ਇਹ ਹੋਣਗੇ ਬੇਟਾ ਉਸ ਤੋਂ ਬਾਅਦ 22 ਤਰੀਕ ਨੂੰ ਗਣਿਤ ਹੋਏਗਾ ਸਾਰੇ ਸਟ੍ਰੀਮ ਦੇ ਵਿੱਚ ਤੇ ਜਿਹੜਾ ਪੇਪਰ 3 ਹੋਏਗਾ ਵੋਕੇਸ਼ਨਲ ਵਾਲਾ ਦਾ ਉਸ ਤੋਂ ਬਾਅਦ 23 ਤਰੀਕ ਨੂੰ ਸਾਰੇ ਬੱਚਿਆਂ ਦਾ ਕੰਪਿਊਟਰ ਸਾਇੰਸ ਵਿਸ਼ੇ ਦਾ ਪੇਪਰ ਹੈ 24 ਤਰੀਕ ਨੂੰ ਜੀਓਗ੍ਰਾਫੀ ਭੰਗੋਲ 8 ਸਾਲਾਂ ਦਾ ਜਾਂ ਫਿਰ ਇਹਨਾਂ ਦਾ ਜਿਹੜਾ ਵੀ ਪੇਪਰ ਹੈ 12 ਆ ਸੋਰੀ 25 ਤਰੀਕ ਨੂੰ 25 ਤਰੀਕ ਨੂੰ ਸਾਰੇ ਸਟ੍ਰੀਮ ਦਾ ਵਾਤਾਵਰਣ ਸਿੱਖਿਆ ਦਾ ਪੇਪਰ ਹੈ ਜਿਹੜਾ ਉਹ ਲਿਆ ਜਾਏਗਾ ਠੀਕ ਹੈ ਇਹ ਸਗੀ 8ਵੀਂ ਬਰਤਵੀ ਤੇ 12ਵੀਂ ਦੀ ਪ੍ਰੀ ਬੋਰਡ ਦੀ ਡੇਟਸ਼ੀਟ ਇਹਦਾ ਸਕਰੀਨਸ਼ਾਟ ਲੈ ਲੈ ਲਓ ਬੇਟਾ ਤੁਸੀਂ ਲੈ ਸਕਦੇ ਹੋ ਉਸ ਤੋਂ ਬਾਅਦ ਹੈ 6ਵੀਂ 7ਵੀਂ 9ਵੀਂ ਦੀ টারਮ 2 ਜਿਹੜੀ ਪ੍ਰੀਖਿਆ ਹੈ 15 ਤੋਂ ਹੀ ਹੈ ਵੀ 6ਵੀਂ ਦਾ 15 ਤਰੀਕ ਨੂੰ ਸਮਾਜਿਕ ਸਿੱਖਿਆ 7ਵੀਂ ਦਾ ਮੈਥ 9ਵੀਂ ਦੀ ਇੰਗਲਿਸ਼ 16 ਤਰੀਕ ਨੂੰ ਵੀ 6ਵੀਂ ਦੀ ਪੰਜਾਬੀ 7ਵੀਂ ਦੀ ਸਰੀਰਕ ਤੇ 9ਵੀਂ ਦੀ ਕੰਪਿਊਟਰ ਸਾਇੰਸ 18 ਨੂੰ 6ਵੀਂ ਇੰਗਲਿਸ਼ 7ਵੀਂ ਪੰਜਾਬੀ ਤੇ 9ਵੀਂ ਮੈਥ 19 ਤਰੀਕ ਨੂੰ 6ਵੀਂ ਹਿੰਦੀ 7ਵੀਂ ਸਾਇੰਸ 9ਵੀਂ ਪੰਜਾਬੀ A 20 ਤਰੀਕ ਨੂੰ 6ਵੀਂ ਦਾ ਸਾਇੰਸ ਦਾ ਪੇਪਰ 7ਵੀਂ ਦੀ ਹਿੰਦੀ ਤੇ 8ਵੀਂ ਦਾ ਸਮਾਜ ਸੋਰੀ 9ਵੀਂ ਦਾ ਸਮਾਜਿਕ ਸਿੱਖਿਆ 22 ਤਰੀਕ ਨੂੰ 6ਵੀਂ ਦਾ ਮੈਥ 8 7ਵੀਂ ਦੀ ਇੰਗਲਿਸ਼ ਤੇ 9ਵੀਂ ਦੀ ਸਾਇੰਸ 23 ਤਰੀਕ ਨੂੰ 6ਵੀਂ ਦੀ ਸਿਰਕ 7ਵੀਂ ਦੀ ਕੰਪਿਊਟਰ ਸਾਇੰਸ 9ਵੀਂ ਦਾ ਹਿੰਦੀ ਤੇ 24 ਤਰੀਕ ਨੂੰ ਕੰਪਿਊਟਰ ਸਾਇੰਸ ਛੇਵੀ ਲਈ 7ਵੀਂ ਦਾ ਸਮਾਜਿਕ ਸਿੱਖਿਆ ਤੇ 9ਵੀਂ ਦਾ ਪੰਜਾਬੀ ਬੀ ਉਸ ਤੋਂ ਬਾਅਦ 25 ਤਰੀਕ ਨੂੰ ਚੋਣਾ ਵਿਸ਼ਾ ਜਿਹੜਾ ਵੀ ਹੈ ਡ ਰਹੇਗਾ ਖੇਤੀਬਾੜੀ ਆ ਜਾਂ ਜਿਹੜਾ ਵੀ ਵਿਸ਼ਾ ਤੁਹਾਡੇ ਕੋਲੇ ਬੇਟਾ ਛੇਵੀ 7ਵੀਂ ਦਾ ਹੋਏਗਾ ਉਹ ਤੇ 9ਵੀਂ ਵਾਲਾਂ ਦਾ ਸਿਵਿਕ ਸਿੱਖਿਆ ਐਨਐਸਕੇਯੂਐਫ ਦੇ ਵਿੱਚ ਜਿਹੜਾ ਵੀ ਵਿਸ਼ਾ ਹੈ ਆਈਟੀ ਹੈ ਰਿਟੇਲ ਹੈ ਹੈਲਥ케ਅਰ ਹੈ ਉਹ ਸਾਰਾ ਜਾਂ ਸਿਵਿਕ ਸਿੱਖਿਆ ਹਨ ਉਹ ਸਾਰਿਆਂ ਦਾ 25 ਤਰੀਕ ਨੂੰ ਪੇਪਰ ਹੋਏਗਾ ਉਸ ਤੋਂ ਬਾਅਦ +1 ਜਮਾਤ ਦੀ ਵੀ ਸਟਰੀਮ ਵਾਈਜ਼ ਡਿਊਟੀ ਸ਼ੀਟ ਹੈ ਵੀ ਟਰਮ 2 ਦੀ ਤਾਂ ਉਹਨਾਂ ਨੇ ਵੀ ਬੇਟਾ ਸਟਰੀਮ ਵਾਈਜ਼ ਆਪਣੀ ਡਿਊਟੀ ਸ਼ੀਟ ਦਾ ਸਕਰੀਨਸ਼ਾਟ ਲੈ ਕੇ ਨੋਟ ਕਰ ਲੈਣਾ ਹੈ ਜਿਵੇਂ ਇੱਥੇ ਲਿਖਿਆ ਹੋਇਆ ਹੈ 6ਵੀਂ 15 ਤোই ਆਰਸ ਹੈ ਹਿਮਨਿਟੀਜ਼ ਕਮ ਸਾਇੰਸ ਕਮਰਸ ਵੋਕੇਸ਼ਨਲ 15 ਨੂੰ ਚੌਨਾ ਵਿਸ਼ਾ ਇਕਨੋਮਿਕਸ ਹੈ ਕੈਮਿਸਟਰੀ ਇਕਨੋਮਿਕਸ ਪੇਪਰ 1 ਵੋਕੇਸ਼ਨਲ ਦਾ 16 ਤਰੀਕ ਨੂੰ ਸਾਰਾ ਦਾ ਜਰਨਲ ਪੰਜਾਬੀ ਜਿਹਨੂੰ ਅਸੀਂ ਪੰਜਾਬੀ ਲਾਜ਼ਮੀ ਬੋਲਦੇ ਹਾਂ 18 ਤਰੀਕ ਨੂੰ ਮੈਥ ਵਿਸ਼ੇ ਦਾ ਪੇਪਰ ਤੇ ਵੋਕੇਸ਼ਨਲਾਂ ਦਾ ਪੇਪਰ 2 19 ਤਰੀਕ ਨੂੰ ਜਨਰਲ ਪੰਜਾਬੀ ਯਾਨੀ ਕਿ ਪੰਜਾਬੀ ਲਾਜ਼ਮੀ 20 ਤਰੀਕ ਨੂੰ ਰਾਜਨੀਤੀ ਸ਼ਾਸਤਰ ਪੋਲੀਟੀਕਲ ਸਾਇੰਸ ਬਾਇਓਲੋਜੀ ਬਿਜ਼ਨਸ ਸਟਡੀ ਤੇ ਪੇਪਰ 3 ਉਸ ਤੋਂ ਬਾਅਦ 22 ਤਰੀਕ ਨੂੰ ਹਿਸਟਰੀ ਇਤਿਹਾਸ ਫਿਜ਼ਿਕਸ ਅਕਾਊਂਟੈਂਸੀ ਤੇ ਜਨਰਲ ਫਾਊਂਡੇਸ਼ਨ 23 ਤਰੀਕ ਨੂੰ ਸਾਰੇ ਬੱਚਿਆਂ ਦਾ ਵਾਤਾਵਰਣ ਸਿੱਖਿਆ ਦਾ ਹੋਏਗਾ 24 ਤਰੀਕ ਨੂੰ ਸਾਰੇ ਬੱਚਿਆਂ ਦਾ ਕੰਪਿਊਟਰ ਸਾਇੰਸ ਦਾ ਹੋਏਗਾ 25 ਤਰੀਕ ਨੂੰ ਜੀਓਗ੍ਰਾਫੀ ਭੂਗੋਲ ਜਾਂ ਚੋਣੋ ਵਿਸ਼ਾ ਜਿਹੜਾ ਵੀ ਹੈ ਠੀਕ ਹੈ ਜੀਓਗ੍ਰਾਫੀ ਦੇ ਪੈਰਲ ਜਿਹੜਾ ਵਿਸ਼ਾ ਚੱਲਦਾ ਉਹਦਾ ਹੋਏਗਾ ਐਮਓਪੀ ਠੀਕ ਹੈ ਉਹਨਾਂ ਦਾ ਹੋਏਗਾ ਉਹ ਇਹ 25 ਦਿਨਾਂ ਨੂੰ ਹੋਏਗਾ ਉਸ ਤੋਂ ਬਾਅਦ ਹਰ ਇੱਕ ਤਾਂ ਨਹੀਂ ਵੀ ਵਾਧੂ ਵਿਸ਼ੇ ਜਿਹੜੇ ਐਡੀਸ਼ਨਲ ਸਬਜੈਕਟ ਨੇ ਉਹ ਆਪਣੇ ਪੱਧਰ ਤੇ ਤੁਹਾਨੂੰ ਸਕੂਲ ਦੇ ਵਿੱਚ ਸ਼ੀਟ ਲਿਖਵਾ ਦਿੱਤੀ ਜਾਏਗੀ ਜਿਹੜਾ ਤੁਸੀਂ ਕੋਈ ਐਡੀਸ਼ਨਲ ਵਿਸ਼ਾ ਜਿਹੜਾ ਉਹ ਵਾਧੂ ਵਿਸ਼ਾ ਲਿਆ ਹੋਇਆ ਠੀਕ ਹੈ ਜਿਹੜਾ ਪੇਪਰ ਦਾ ਸਿਲੇਬਸ ਆ ਬੇਟਾ ਉਹ ਸਾਰਾ ਹੋਏਗਾ ਵੀ ਸਾਰੀ ਬੁੱਕ ਦੇ ਵਿੱਚੋਂ ਜਿੰਨਾ ਵੀ ਤੁਹਾਡਾ ਪੂਰਾ ਸਿਲੇਬਸ ਹੁੰਦਾ ਉਹਦੇ ਵਿੱਚੋਂ ਪੇਪਰ ਆਏਗਾ ਉਸ ਤੋਂ ਬਾਅਦ ਕੁਝ ਜਿਹੜੇ ਪੇਪਰ ਆਉ ਤੁਹਾਡੇ ਇਹ ਅਕਸਰ ਬੰਨ ਵੱਲੋਂ ਪਾਉਣੇ ਆ ਕੁਝ ਡਿਪਾਰਟਮੈਂਟ ਨੂੰ ਪੇਪਰ ਆ ਜਿਹੜੇ ਭੇਜਣੇ ਆ ਠੀਕ ਹੈ ਇਸ ਦਾ ਜਿਹੜਾ ਪੇਪਰ ਪੈਟਰਨ ਆ ਹੋ ਬੋਰਡ ਦਾ ਜਿਹੜਾ ਪੇਪਰ ਪੈਟਰਨ ਆ ਬੇਟਾ ਤੁਹਾਨੂੰ ਮਾਡਲ ਟੈਸਟ ਪੇਪਰ ਭੇਜੇ ਹੋਇਆ ਉਹਨਾਂ ਦੇ ਆਧਾਰ ਤੇ ਹੋਏਗਾ ਠੀਕ ਹੈ ਪੇਪਰ ਦਾ ਜਿਹੜਾ ਸਮਾਂ ਹੈ ਉਹ 10:30 ਤੋਂ 1:30 ਵਜੇ ਤੱਕ ਦਾ ਹੋਏਗਾ ਠੀਕ ਹੈ ਜੇਕਰ ਸਮਾਂ ਬਦਲਦਾ ਤਾਂ ਫਿਰ ਉਹ ਸ਼ਿਫਟ ਹੋ ਸਕਦਾ ਥੋੜਾ ਬਹੁਤ ਠੀਕ ਹੈ ਤੇ ਬਹੁਤ ਜਲਦ ਜਿਹੜੇ ਤੁਹਾਨੂੰ ਇਹਦਾ ਨਤੀਜਾ ਵੀ 31 2024 ਨੂੰ ਮਿਲ ਜਾਣਾ ਠੀਕ ਹੈ 31 2024 ਦੇ ਵਿਭਾਗ ਦੀ ਸਾਈਟ ਤੇ ਅਪਲੋਡ ਕਰਨਾ ਤੋਂ ਉਸ ਤੋਂ ਪਹਿਲਾਂ ਤੁਹਾਨੂੰ ਮਿਲ ਜੇਗਾ ਇਹ ਠੀਕ ਹੈ ਤਾਂ ਇਹ ਡੇਟ ਸ਼ੀਟ ਆ ਤੁਹਾਡੀ ਪ੍ਰੀ ਬੋਰਡ ਦੀ ਤੇ ਟਰਮ 2 ਨਾਨ ਬੋਰਡ ਕਲਾਸਾਂ ਦਾ ਪ੍ਰੀ ਬੋਰਡ ਪ੍ਰੀਖਿਆ 8ਵੀਂ 10ਵੀਂ 12ਵੀਂ ਲਈ ਠੀਕ ਹੈ ਤਾਂ 15 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ ਬੇਟਾ ਤਾਂ ਆਪਣੇ ਕੋਲੇ ਬਹੁਤ ਘੱਟ ਦੇਣਾ ਜਿਹੜੇ ਇਸ ਦੀ ਤਿਆਰੀ ਲਈ ਰਹਿ ਗਏ ਨੇ ਤਾਂ ਬਹੁਤ ਵਧੀਆ ਤੁਸੀਂ ਤਿਆਰੀ ਇਹਦੀ ਕਰਨੀ ਹੈ ਸਿਲੇਬਸ ਲਗਭਗ ਤੁਹਾਡਾ ਸਾਰਾ ਕਰਵਾ ਦਿੱਤਾ ਗਿਆ ਹੈ ਤਾਂ ਕੋਈ ਵੀ ਕਿਸੇ ਕਿਸਮ ਦੀ ਕਮੀ ਹੈ ਜਿਹੜੀ ਉਹ ਨਹੀਂ ਰਹਿਣੀ ਚਾਹੀਦੀ ਠੀਕ ਹੈ ਬੇਟਾ ਵੈਸਟ ਆਫ